बिस्मिल्लाह रहमान रहीम, अस्सलाम वालेकुम भाई भाई पिजन क्लब विच खुश आमदीद। दोस्तों अज असी खांगट आए हैं शौकत साहब की छत है माशाल्लाह, तो यह जानवरों नू दाना पाते हैं, तो जानवर सारे सामने उन्होंने वीडियो बने। जनाब भाई तुहानू शौकत साहब की छत नायाब कबूतर जिहड़े ने उहदी वीडियो तुहानू विखा लगे, किहड़ा किहड़ा जानवर किन्ने किन्ने घंटे ला के आके छत ते बहिंदा। तो असी छोटे वीर ने सब तो पहले माशाल्लाह माशाल्लाह। तो सानू एक कबूतर वो फड़ के विखाओ दसो जरा, मतलब सब तो अच्छा कबूतर जरा परवाजा वाला है, सानू ओ बारे दसो कि घंटे परवाज करता है, ना कि माशाल्लाह। जी शौकत भाई की छाती है फंगट है जाल जे उत्ते उन्हां दा माशाल्लाह। तो अज तुहानू इन्हां दे नायाब कबूतर जिहड़े कि इन्हों परवादों के विनर आते हैं वो तुम कबूतर ही विखाने हैं, नाले उन्होंने नाम भी दस ने की ना ने। अच्छा किन्ने कु जानवर ने छोटे सारे उड़न वाले के जोड़े ने भी बिठाए नहीं नहीं उड़न वाले जोड़े इधर आ खाने दे बने ने जोड़े वाले ओंज इना असी बनाए ने उड़न वाले दे ज्यादा शौक ठीक है जोड़े तीन कुछ हो गए जो मस्कम आए ए मस्कत तो आए ने माशाल्लाह जी। भाई भाई पिजन क्लब ना है साडे चैनल दा, इस चैनल नू सबसक्राइब करया जे, बैल आइकन प्रेस कर दे ताकि न्यू अपडेट जो असी नवी वीडियो अपलोड करिए तो उहदा नोटिफिकेशन सब तो पहले तुहाडे तक पहुँच जाए। हाँ जी अली भाई आ किहड़ा जानवर फड़िया जे? घर दा बच्चा है जी। जी ठीक है, मस्कत तो जोड़ा आए आ मस्कत तो। हाँ जी। अच्छा तो इहदा नाम जानवर दा की जे? इहदा 13 नंबर दा बच्चा जी। 13 नंबर नाम है इहदा? हाँ जी। इधर अख का शौक कराओ ये किन्ने घंटे माशाल्लाह शाम तिकर लाइटां तिकर बाया जी, यानी कि फुल नेरा पाइए तो फिर तुसा लाइटां बाल के नू बिठाना है? हाँ जी ठीक है। 8 बजे तिकर 9 बजे ये किन्ने अरसे तुहाडे कोल है जानवर जी? ये हो गया जी तकरीबन 2 साल हो चले। 2 साल हो गए ने ये घर दा? हाँ जी। ਇਹਦਾ ਭਾਈ ਵੀ ਉਹ ਉੱਤੇ ਹੁਣ ਜਿਹੜਾ ਫੜਦਾ ਹਜੇ ਤਾਂ ਉੱਤੇ ਨਹੀਂ ਕਿਹਦਾ ਬਾਹਰ ਨਿਕਲਦਾ। ਐ ਉਰਲੀ ਸਾਈਡ ਜੀ ਨੇ ਗਰਦਨ ਕੀਤੀ ਏ ਜਿਹੜਾ ਉਹ ਵਿੱਚ ਦੇ? ਅੱਛਾ ਉਹ ਜਿਹੜਾ ਉਹ ਇਹਦਾ ਭਾਈ ਜੀ, ਇਹਦਾ ਵੱਡਾ ਭਰਾ। ਠੀਕ ਹੋਰ ਲਿਆਓ ਹਾਂ ਕੋਈ ਪਰਵਾਜ਼ੀ ਕਬੂਤਰ, ਐ ਸਫੇਦ ਲਿਆਓ ਹਾਂ ਫੜ ਕੇ। ਅਛਾ ਇਹਦਾ ਕੀ ਨਾਂ ਜੇ? ਨਾਂ ਵੀ ਰੱਖੇ ਜੇ ਕਿੰਨੇ ਜਾਨਵਰਾਂ ਦੇ? ਮੋਤੀਆਂ ਵਾਲੀ ਕਬੂਤਰੀ। ਅੱਛਾ ਮੋਤੀਆਂ ਵਾਲੀ, ਇਹ ਛੋਟੇ ਮੋਤੀਆਂ ਵਾਲੀ ਮਤਲਬ ਕਿੱਥੋਂ ਤੁਸੀਂ ਪਛਾਣ ਰੱਖੀ ਏ? ਦਾਗ ਨਹੀਂ ਇਹਨੂੰ, ਚਿੱਟੀ ਹੈ। ਅੱਛਾ ਇਹ ਜਿਹੜਾ ਇਹਨਾਂ ਤੋਂ ਮੋਤੀਆਂ ਲਿਆਂਦੇ ਹੋ? ਗਰਦਨ ਫੜੋ ਹੈ ਜੀ। ਇਹ ਕਿੰਨੇ ਘੰਟੇ ਮਾਸ਼ਾਅੱਲਾ ਉੜਦੀ ਹੈ? ਇਹ 4 ਵਜੇ ਤੱਕ ਉੜਦੀ ਹੈ, 4-5 ਵਜੇ ਤੱਕ। 4-5 ਵਜੇ ਤੱਕ ਮਾਸ਼ਾਅੱਲਾ ਭਾਈ, 10-11 ਘੰਟੇ ਲੱਗ ਜਾਂਦੀ ਹੈ। ਹੋਰ ਵਾਓ ਹਾਂ, ਟੈਡੀ ਵੀ ਹੈ ਅਜੇ ਕਬੂਤਰ? ਕਬੂਤਰ ਮੈਨੂੰ ਲੱਗਦਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਪਏ। ਹਾਂਜੀ ਬਾਹਰ। ਇਹ ਟੈਡੀ ਜੇ? ਇਹ ਟੈਡੀ ਕਬੂਤਰ। ਇਹ ਕਿੰਨੇ ਅਰਸੇ ਤੁਹਾਡੇ ਕੋਲ ਹੈ ਤੇ ਕਿੰਨੇ ਘੰਟੇ ਪਰਵਾਦ ਕਰਦਾ ਜੇ? ਇਹ ਸਾਡੇ ਤੋਂ ਤਕਰੀਬਨ 4 ਸਾਲ ਹੋ ਚੱਲੇ ਨੇ ਸਾਡੇ ਕੋਲ। ਅੱਛਾ ਠੀਕ ਹੈ। ਤੇ ਇਹਦੇ ਬੱਚੇ ਕਢਾ ਕਢਾਉਂਦੇ ਨੇ, ਇਹ ਨਹੀਂ ਵਡਾਇਆ? ਇਹ ਨਹੀਂ ਵਡਾਇਆ ਇੱਥੇ, ਇਹਦੇ ਬੱਚੇ ਵਡਾ ਰਹੇ ਹੋ? ਹਾਂਜੀ ਠੀਕ ਹੋ। ਮਾਸ਼ਾਅੱਲਾ ਜੀ ਕਾਫੀ ਅੱਛੇ ਜਾਨਵਰ ਨੇ ਸ਼ੌਕਤ ਭਾਈ ਛਾਤੇ। ਫਾਂਗਟ ਮੇਰੀ ਪਹਿਲੀ ਵੀਡੀਓ ਹੈ, ਤਕਰੀਬਨ ਦੂਸਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਵੀਡੀਓ ਬਣਾ ਦਿੱਤੀ ਹੈ। ਫਾਂਗਟ ਦੇ ਪਿੰਡ ਦੀ ਮੇਰੀ ਪਹਿਲੀ ਛੱਤ ਹੈ ਜਨਾਬ, ਸ਼ੌਕਤ ਦੀ ਛੱਤ। ਇਹ ਕਿਹੜਾ ਜਾਨਵਰ ਹੈ ਮਾਸ਼ਾਅੱਲਾ? ਇਹ ਟੈਡੀ ਦਾ ਬੱਚਾ ਹੈ ਅਜੇ ਦਾ ਵਹਾਇਆ, ਜਿਹੜਾ ਅੱਗੇ ਤੁਸੀਂ ਵਹਾਇਆ। ਹਾਂਜੀ ਇਹ ਉਹਦਾ ਬੱਚਾ ਹੈ?
ਇਹਦੀ ਪ੍ਰਵਾਦ ਕਿੰਨੇ ਘੰਟੇ ਮਾਸ਼ਾਅੱਲਾ ਇਹ 12 ਵਜੇ ਤੱਕ ਰੁੱਡਿਆ ਬੱਚਾ ਹੁੰਦਿਆ ਤੇ ਅੱਜ ਪੱਠਾ ਬਣਿਆ ਅਜੇ ਹੁਣ ਪੱਠਾ ਬਣਿਆ ਠੀਕ ਹੈ ਹਾਂਜੀ ਇਹ ਵੀ ਟਾੜੀ ਜਿਆ ਮਸਕਤ ਤੋਂ ਆਇਆ ਇਹ ਮਸਕਤ ਤੋਂ ਆਇਆ ਹਾਂਜੀ ਇਹ ਉਡਾ ਰਹੇ ਹੋ ਨਹੀਂ ਇਹ ਵੀ ਬੱਚਿਆਂ ਦੇ ਯਾਨੀ ਕਿ ਇਹਨੂੰ ਬਰੀਡਰ ਆਉਂਦੇ ਨੇ ਜਿਹੜਾ ਬੱਚਿਆਂ ਦੇ ਬਿਠਾਇਆ ਹੈ ਕੱਢੋ ਹਾਂ ਬਾਹਰ ਤੋਂ ਸਾਰੇ ਜਣੇ ਇੱਥੇ ਦਾਣਾ ਛੋੜੇ ਸੁੱਟੋ ਉਹਨਾਂ ਦੇ ਇੱਥੇ ਸਾਰੇ ਇਕੱਠੇ ਹੋ ਕਿੰਨੇ ਜਾਨਵਰ ਤੁਹਾਡੇ ਕੋਲ ਮਾਸ਼ਾਅੱਲਾ ਜਿਹੜੇ ਮਸਕਤ ਤੋਂ ਆਏ ਨੇ ਮਸਕਤ ਤੋਂ ਆਏ ਨੇ ਚਾਰ ਚਾਰੇ ਤੁਸੀਂ ਵਹਾ ਛੜੇ ਨੇ ਤੁਹਾਡੇ ਕੋਲ ਲੱਖਾ ਵੀ ਆਇਆ ਕੋਈ ਲੱਖਾਂ ਉੱਤੇ ਵੇ ਉਹ ਹਾਂਜੀ ਹਾਂਜੀ ਇਹ ਵਿੱਚ ਇਹ ਵੀ ਸਾਨੂੰ ਜ਼ਰਾ ਨਾ ਇਹਦੇ ਬਾਰੇ ਵੀ ਦੱਸਣਾ ਜੇ ਮਾਸ਼ਾਅੱਲਾ ਦੋਸਤੋ ਸ਼ੌਕਤ ਸਾਹਿਬ ਨੇ ਫਾਂਗੜ ਦੇ ਉਹਨਾਂ ਦੇ ਜਾਨਵਰ ਨੇ ਮਾਸ਼ਾਅੱਲਾ ਵੇਖੋ ਬੜੇ ਪਿਆਰੇ ਅਤੇ ਬੜੇ ਖੂਬਸੂਰਤ ਕਬੂਤਰ ਨੇ ਅਤੇ ਵੀਡੀਓ ਸਾਡੀ ਲਾਈਕ ਵੀ ਸ਼ੇਅਰ ਵੀ ਕਰਿਆ ਜੇ ਤੁਹਾਡੇ ਵਾਸਤੇ ਜਨਾਬ ਅਸੀਂ ਵੀਡੀਓ ਬਣਾਉਂਦੇ ਹਾਂ ਫਾਰਗ ਟਾਈਮ ਕੱਢ ਕੇ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਅਤੇ ਅਸੀਂ ਵੀਡੀਓ ਬਣਾਉਂਦੇ ਹਾਂ ਤਾਂ ਕਿ ਤੁਸੀਂ ਸਾਡੀ ਵੀਡੀਓ ਵੇਖੋ ਅਤੇ ਕਾਇੰਡਲੀ ਵੀਡੀਓ ਵਿਜ਼ਿਟ ਵੀ ਕਰਿਆ ਕਰੋ ਸਾਡਾ ਚੈਨਲ ਲਾਈਕ ਸ਼ੇਅਰ ਅਤੇ ਦੋਸਤਾਂ ਨੂੰ ਵੀਡੀਓ ਵੀ ਜਿਹੜੀ ਉਹਦਾ ਲਿੰਕ ਜਾਣੀ ਕਿ ਚੈਨਲ ਦਾ ਲਿੰਕ ਜਿਹੜਾ ਉਹ ਵੀ ਤੁਸੀਂ ਸੈਂਡ ਕਰਿਆ ਕਰੋ ਦੋਸਤਾਂ ਨੂੰ ਤਾਂ ਕਿ ਸਾਡਾ ਚੈਨਲ ਜਿਹੜਾ ਦੂਰ ਦੂਰ ਤੱਕ ਫਾਰਵਰਡ ਹੋ ਜਾਏ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਦੋਸਤਾਂ ਦੇ ਤਾਵਾਂ ਦੇ ਨਾਲ ਜਨਾਬ ਸਾਡਾ ਚੈਨਲ ਚੱਲ ਰਿਹਾ ਮਾਸ਼ਾਅੱਲਾ ਫਾਂਗੜ ਸ਼ੌਕਤ ਸਾਹਿਬ ਦੀ ਛੱਤ ਦੇ ਨਾਯਾਬ ਕਬੂਤਰ ਆਪਣੀ ਅੱਖਾਂ ਨਾਲ ਨਜ਼ਾਰਾ ਕਰੋ ਮਾਸ਼ਾਅੱਲਾ ਅੱਛੇ ਖੂਬਸੂਰਤ ਪਰਿੰਦੇ ਨੇ ਔਰ ਮਸਕਤ ਤੋਂ ਵੀ ਵਿੱਚ ਚਾਰ ਜੋੜੇ ਨਾਲ ਮਾਸ਼ਾਅੱਲਾ ਲਿਆਉਂਦੇ ਨੇ ਜਿਹੜੇ ਤੁਹਾਨੂੰ ਵਿਖਾਏ ਨੇ ਅਤੇ ਮਜ਼ੀਦ ਇੱਕ ਦੋ ਜਾਨਵਰ ਹੋਰ ਅਲੀ ਭਾਈ ਨੂੰ ਕਹਿੰਦੇ ਹਾਂ ਸਾਨੂੰ ਵਿਖਾਉਣ ਅਲੀ ਭਾਈ ਸਰਦੀ ਬੜੀ ਹੈ ਇਹਨਾਂ ਵਾਸਤੇ ਕੋਈ ਕਾਹਵਾ ਬਣਾ ਰਹੇ ਹੋ ਵੱਡੀ ਇਲਾਚੀ ਸੌਂਫ ਐਸ ਪੋਹ ਦੇ ਦਿਨ ਨੇ ਅਤੇ ਇਹਨਾਂ ਨੂੰ ਜਾਨਵਰਾਂ ਦਾ ਖਿਆਲ ਰੱਖਿਆ ਕਰੋ ਇਹਦਾ ਵਿੱਚ ਤੁਸੀਂ ਪਾਣੀ ਤਰੌਂਕ ਛੜੇ ਆ ਨਾ ਸੁੱਕਾ ਮਤਲਬ ਉਹ ਝਾੜੂ ਮਾਰਿਆ ਕਰੋ ਅਤੇ ਉਹ ਜਿਹੜਾ ਹੁੰਦਾ ਨਾ ਪੱਤਰਾ ਉਹ ਫੇਰਿਆ ਕਰੋ ਫੇਰਿਆ ਜਿਹਾ ਇੱਥੇ ਪਾਣੀ ਖਲੋਂਦਾ ਸੀ ਉਹ ਵਿੱਚ ਨਾ ਮਸਾਲਾ ਲਾਇਆ ਅੱਛਾ ਮਾਸ਼ਾਅੱਲਾ ਜੀ ਜਾਨਵਰ ਵੇਖੋ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰਨਾ ਕਿ ਸ਼ੌਕਤ ਸਾਹਿਬ ਦੀ ਛੱਤ ਦੇ ਕਬੂਤਰ ਤੁਹਾਨੂੰ ਕੈਸੇ ਲੱਗੇ ਨੇ ਮਾਸ਼ਾਅੱਲਾ ਇਹ ਜਾਨਵਰ ਸਫੇਦ ਪਿਓਰ ਜਿਹੜਾ ਸਫੇਦ ਸਾਰੇ ਦਾ ਸਾਰਾ ਜਾਨਵਰ ਹੈ ਇਹ ਸਾਨੂੰ ਲਾਜ਼ਮੀ ਵਿਖਾਉਣਾ ਤੁਸੀਂ ਮਾਸ਼ਾਅੱਲਾ ਇਹ ਜਿਹੜਾ ਇਹਨੂੰ ਕਿਹੜਾ ਜਾਨਵਰ ਆਉਂਦੇ ਨੇ ਜੀ ਇਹਨੂੰ ਬੱਗਾ ਕਹਿੰਦੇ ਬੱਗਾ ਇਹਦੀ ਅੱਖ ਪੀਲੀ ਨਹੀਂ ਇੱਕ ਦੀ ਪੀਲੀ ਜੀ ਅਤੇ ਇੱਕ ਦੀ ਛਿੱਟੀ ਹੈ ਉਹ ਜਿਹੜਾ ਇੱਧਰ ਦੌਰੀ ਵੱਲ ਗਿਆ ਉਹਦੀ ਮੇਰਾ ਪੀਲੀ ਅਤੇ ਇਹ ਪੀਲੀ ਅੱਖ ਵਾਲਾ ਜਾਨਵਰ ਤਾਂ ਨਹੀਂ ਪਾਉਣ ਦਿੰਦੇ ਇਹ ਨਾਲ ਛੱਤ ਕਿਹਦੀ ਹੈ ਜੀ ਇਹ ਹਾਲਤ ਦੀ ਵਿੱਚ ਛੱਤ ਚੱਜ ਹਾਲਤ ਦੀ ਆਪਣੀ ਨੇ ਇਸ਼ਾਰਾ ਮਸਕਤ ਦੀ ਤੇ ਆਪਣੇ ਨੇ ਵੀ ਹਾਂਜੀ ਉਹ ਵੀ ਬੰਨਾ ਮਸਕਤ ਹੀ ਹੁੰਦਾ ਇਸ਼ਾਰਾ ਚਲੋ ਮਾੜਾ ਜਿਹਾ ਸਾਨੂੰ ਉਹ ਸਫੇਦ ਜਿਹੜਾ ਇਹ ਕਿਹੜਾ ਜੀ ਇਹ ਵੀ ਮਸਕਤ ਤੋਂ ਆਈ ਜੀ ਮਾਸ਼ਾਅੱਲਾ ਲੋ ਜੀ ਨਾਜ਼ਰੀਨ ਇਹ ਵੀ ਕਬੂਤਰੀ ਹੈ ਹਾਂਜੀ ਇਹ ਕਬੂਤਰੀ ਵੇਖੋ ਤੁਸੀਂ ਮਾਸ਼ਾਅੱਲਾ ਅੱਖ ਤੁਹਾਨੂੰ ਬਹਾਨੇ ਆ ਜੀ ਇਹ ਮਸਕਤ ਤੋਂ ਅਲੀ ਭਾਈ ਕਹਿ ਰਹੇ ਨੇ ਕਿ ਲਿਆਂਦੀ ਹੈ ਚਾਰ ਜੋੜੇ ਨਾਲ ਮਸਕਤ ਤੋਂ ਲਿਆਂਦੇ ਨੇ ਮਾਸ਼ਾਅੱਲਾ ਅੱਖ ਵੇਖੋ ਬੜਾ ਖੂਬਸੂਰਤ ਪਰਿੰਦਾ ਹੈ ਮਾਸ਼ਾਅੱਲਾ ਦੀ ਪਰ ਵਿਖਾਓ ਖੋਲ ਕੇ ਇਹਦੀ ਪ੍ਰਵਾਸ ਦੇ ਬਾਰੇ ਦੱਸੋ ਜੀ ਅਲੀ ਭਾਈ ਇਹਨਾਂ ਦੇ ਬੱਚੇ ਸ਼ਾਮ ਤੱਕ ਉੱਡਦੇ ਮਾਸ਼ਾਅੱਲਾ ਮਾਸ਼ਾਅੱਲਾ ਇਹ ਵੀ ਬਰੀਡਰ ਹੈ ਹਾਂਜੀ ਚਾਰ ਜੋੜੇ ਚਾਰੇ ਬਰੀਡਰ ਨੇ ਇਹ ਜਿਹੜੇ ਚਾਰੇ ਤੁਸੀਂ ਮਸਕਤ ਲਿਆਂਦੇ ਨੇ ਬੱਚਿਆਂ ਵਾਸਤੇ ਲਿਆਂਦੇ ਨੇ ਕੋਈ ਨਾਜ਼ਰੀਨ ਸ਼ੌਕਤ ਸਾਹਿਬ ਦੀ ਛੱਤ ਦੇ ਤੁਹਾਨੂੰ ਕਬੂਤਰ ਵਿਖਾਏ ਨੇ ਅਤੇ ਵੀਡੀਓ ਸਾਡੀ ਲਾਜ਼ਮੀ ਮੁਕੰਮਲ ਵਾਚ ਕਰਨੀ ਹੈ ਤੁਸਾਂ ਅਤੇ ਚੈਨਲ ਸਬਸਕ੍ਰਾਈਬ ਵੀ ਕਰਨਾ ਇਹਦੇ ਨਾਲ ਕਬੂਤਰ ਲੱਗਾ ਐਸੇ ਜਿਹੜੀ ਕਬੂਤਰੀ ਅੱਗੇ ਵਿਖਾਈਏ ਤੂੰ ਹਾਂਜੀ ਇਹਦਾ ਕੀ ਨਾਂ ਜੀ ਜੌਨਸੀਰਾ ਜੌਨਸੀਰਾ ਕਬੂਤਰ ਵੇਖੋ ਜਨਾਬ ਅਖਤਰ ਸ਼ੌਕ ਕਰੋ ਮਾਸ਼ਾਅੱਲਾ ਇਹ ਕਿੰਨੇ ਘੰਟੇ ਜੀ ਮਤਲਬ ਹੁਣ ਤਾਂ ਬਰੀਡਰ ਹੈ ਨਾ ਹਾਂਜੀ ਉਂਝ ਕਿੰਨੇ ਘੰਟੇ ਉੱਡਦਾ ਤਾਂ ਕੱਪਾਂ ਦੇ ਵਿੱਚ ਉੱਡੇ ਆ ਮੇਨ ਕੱਪਾਂ ਵਿੱਚ ਮਸਕਤ ਮੁਲਕ ਦੇ ਮੇਨ ਕੱਪਾਂ ਦੇ ਵਿੱਚ ਉੱਡਣ ਵਾਲਾ ਜਾਨਵਰ ਆਪਣੀ ਅੱਖਾਂ ਦਾ ਨਜ਼ਾਰਾ ਕਰੋ ਜਨਾਬ ਇਹ ਸ਼ੌਕਤ ਸਾਹਿਬ ਨੇ ਪਾਕਿਸਤਾਨ ਆਪਣੇ ਗਾਓਂ ਫਾਂਗੜ ਲਿਆ ਕੇ ਇਹਦਾ ਸ਼ੌਕ ਕਰ ਰਹੇ ਨੇ ਆਪੀ
ਮਸਕਤ ਹੁੰਦੇ ਨੇ ਹਾਂਜੀ ਆਪੀ ਮਸਕਤ ਨੇ ਤੇ ਉਹਨਾਂ ਦੇ ਬਰਖੁਦਾ ਜਿਹੜੇ ਨੇ ਇੱਥੇ ਸ਼ੋਕ ਕਰਦੇ ਨੇ ਤੇ ਇਹ ਜਾਨਵਰ ਮਸਕਤ ਤੋਂ ਆਇਆ ਜਨਾਬ ਤੇ ਇਸ ਟਾਈਮ ਇਹ ਬਰੀਡਰ ਹੈ ਮਤਲਬ ਬੱਚਿਆਂ ਦਾ ਨਿਜ਼ਾਮ ਇਹਨਾਂ ਦੇ ਸਿਰ ਤੇ ਵੀ ਇਹ ਬੱਚੇ ਬਣਾ ਰਹੇ ਨੇ ਤੇ ਅੱਗੋਂ ਫਿਰ ਇਹਨਾਂ ਦੇ ਜਿਹੜੇ ਬੱਚੇ ਹੋਣਗੇ ਉਹ ਫਿਰ ਕੱਪਾਂ 'ਚ ਹਿੱਸਾ ਲੈਣਗੇ ਇਨਸ਼ਾਅੱਲਾ ਲਓ ਜੀ ਆਖਰੀ ਇੱਕ ਅੱਛਾ ਜਿਹਾ ਕਬੂਤਰ ਸਾਨੂੰ ਵਿਖਾਓ ਪ੍ਰਵਾਜ਼ੀ ਉਹ ਕਬੂਤਰ ਵਿਖਾਓ ਜਿਹੜਾ ਤਕਰੀਬਨ ਵੱਡਿਆਂ ਦਿਨਾਂ 'ਚ ਜੇਠ ਹਾੜ ਦੀ ਵਿਸਾਖ ਦੀਆਂ ਬਾਜ਼ੀਆਂ ਦੇ ਵਿੱਚ ਸ਼ਾਮ 7 ਵਜੇ ਦੇ ਏੜ ਗਿੜ ਬਹਿੰਦਾ ਉਹ ਜਾਨਵਰ ਵਿਖਾਓ ਸਾਨੂੰ ਬਾਈ ਬਾਈ ਪਿਜਨ ਕਲੱਬ ਚੈਨਲ ਦਾ ਨਾਂ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਅਤੇ ਬੈਲ ਆਈਕਨ ਵੀ ਪ੍ਰੈਸ ਕਰਾਏ ਤਾਂ ਕਿ ਅਸੀਂ ਜਿਹੜੀ ਵੀਡੀਓ ਵੀ ਬਣਾਈਏ ਤਕਰੀਬਨ ਹਰ ਰੋਜ਼ ਇੱਕ ਵੀਡੀਓ ਹੀ ਅਪਲੋਡ ਕਰਨੀ ਹੁੰਦੀ ਉਹਦੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਜਾਏ ਹਾਂਜੀ ਅਲੀ ਭਾਈ ਆ ਕਿਹੜਾ ਜਾਨਵਰ ਜੇ ਇਹ ਜੌਂਸਰੀ ਕਬੂਤਰੀ ਜੀ ਜੌਂਸਰੀ ਕਬੂਤਰੀ ਜਿਹੜਾ ਅੱਗੇ ਜੋੜਾ ਵਿਖਾਇਆ ਉਹਨਾਂ ਦਾ ਬੱਚਾ ਇਹ ਵੀ ਮਸਕੋ ਤੋਂ ਹੀ ਨਹੀਂ ਇੱਥੇ ਬਰੀਡ ਆ ਕੇ ਇੱਥੇ ਬੱਚਾ ਕੱਢੇ ਆ ਅੱਛਾ ਅੱਛਾ ਠੀਕ ਹੈ ਪਰਦਾ ਜਰਾ ਸ਼ੋਕ ਇਹਦੇ ਪਰ ਤਾਂ ਕੱਢਦੇ ਹੋ ਕਿ ਇਹਨਾਂ ਬੱਚਿਆਂ 'ਤੇ ਬਿਠਾਉਣਾ ਤਾਂ ਉੱਡਣ ਨਾ ਆ ਸਿਆਲ ਹੈ ਚਾਹੀਂ ਖੋਲੀ ਦੇਣਾ ਤੇ ਫਿਰ ਉੱਡ ਜਾਂਦੇ ਨੇ ਤੇ ਦਿਹਾੜੀ ਛੁੱਟੀ ਹੁੰਦੀ ਹੈ ਰਵਾਦ ਨਹੀਂ ਪੂਰੀ ਦੇ ਤੇ ਫਿਰ ਟੁੱਟ ਜਾਂਦੇ ਨੇ ਗੈਪ ਹੋ ਜਾਂਦੇ ਨੇ ਪੈਂਦੇ ਨੇ ਰਾਤ ਨੂੰ ਫਿਰ ਬਿੱਲੀ ਕੁੱਤੇ ਦੇ ਟਾਇਰ ਚੜ ਜਾਂਦੇ ਨੇ ਬਚ ਜਾਣ ਤੇ ਆਈ ਜਾਂਦੇ ਨੇ ਠੀਕ ਹੋ ਤੇ ਆ ਇੰਨੇ ਅਰਸ਼ ਦੇ ਵਿੱਚ ਤੁਸੀਂ ਚਲੋ ਤੁਹਾਡੀ ਏਜ ਵੀ 16 17 ਸਾਲ ਹੈ ਹੀ ਹੈ ਤੇ ਚਲੋ 7-8 ਸਾਲ ਤੋਂ ਹੋਸ਼ ਨਾਲ ਸ਼ੋਕ ਕੀਤਾ ਹੈ 7-8 ਸਾਲਾਂ ਦਾ ਆਪਣੀ ਤੁਸੀਂ ਜਿਹੜੀ ਤੁਹਾਡਾ 7-8 ਸਾਲ ਦਾ ਤਜਰਬਾ ਉਹਦੇ ਵਿੱਚ ਤੁਸੀਂ ਕਿੰਨੀ ਹਰੇ ਜਿੱਤੇ ਹੋ ਕਿੰਨੀ ਹਰੇ ਕੋ ਅੰਦਾਜ਼ਾ ਕੋ ਕੱਪ ਸ਼ੱਪ ਜਿੱਤੇ ਹੋ ਜਾਂ ਬਾਜ਼ੀ ਪਿੰਡੋਂ ਜਾਂ ਬਾਹਰਲੇ ਪਿੰਡਾਂ 'ਚ ਕਿਤੋਂ ਜਿੱਤੇ ਹੋ ਕੱਪ ਕੁੱਟੀ ਜ਼ਿਆਦਾ ਖੇਡੀ ਨੇ ਆਮਨੇ ਸਾਹਮਣੇ ਜਿਹੜੀ ਆ ਚੇਅਰ ਖਾਤੀ ਹੋ ਜਾਂਦੀ ਹੈ ਠੀਕ ਹੋ ਗਿਆ ਯਾਨੀ ਕਿ ਕੱਪ ਦੂਜਿਆਂ ਪਿੰਡਾਂ ਦੇ ਹੁੰਦੇ ਨੇ ਮਾਮਲਾ ਖਰਾਬ ਨਹੀਂ ਹੁੰਦਾ ਪਿੰਡਾਂ ਦੇ ਮਸਲੇ ਬਣ ਜਾਂਦੇ ਨੇ ਆਪਣੇ ਪਿੰਡ 'ਚ ਵੀ ਕੱਪ ਹੁੰਦਾ ਖੇਡੀ ਦਾ ਠੀਕ ਹੈ ਮਾਸ਼ਾਅੱਲਾ ਸ਼ੋਕਰ ਸਾਹਿਬ ਦੀ ਛੱਤ ਤੇ ਨਯਾ ਕਬੂਤਰ ਆਪਣੀ ਅੱਖਾਂ ਨਾਲ ਵੇਖੋ ਮਾਸ਼ਾਅੱਲਾ ਕੁਝ ਇਹਨਾਂ ਮਸਕਤ ਤੋਂ ਜਨਾਬ ਜੋੜੇ ਮੰਗਵਾਏ ਨੇ ਉਹ ਬੱਚਿਆਂ ਵਾਸਤੇ ਤੇ ਮਾਸ਼ਾਅੱਲਾ ਸਫੇਦ ਕਬੂਤਰ ਤੁਹਾਨੂੰ ਨਹੀਂ ਅਲੀ ਭਾਈ ਵਿਖਾਇਆ ਸਫੇਦ ਅੱਖ ਵਾਲਾ ਪੀਲੀ ਅੱਖ ਵਾਲਾ ਰਹਿਣ ਦੇ ਕੋਈ ਜਦੋਂ ਖੇਡਾਂ ਦੇ ਵਿੱਚ ਨਹੀਂ ਸ਼ਾਮਿਲ ਕਰਦਾ ਤੇ ਉਹ ਵਿਖਾਉਣ ਦਾ ਫਾਇਦਾ ਹੀ ਕੋਈ ਨਹੀਂ ਤੁਸੀਂ ਸਫੇਦ ਅੱਖ ਵਾਲਾ ਜਿਹੜਾ ਨਾ ਸਾਹਮਣੇ ਕਬੂਤਰ ਮਾਸ਼ਾਅੱਲਾ ਜੀ ਨਾਜ਼ਰੀਨ ਹੈ ਸਫੇਦ ਕਬੂਤਰ ਜਿਹਦਾ ਨਾਂ ਪੁੱਛਣੇ ਅਲੀ ਭਾਈ ਕੋਲੋਂ ਹਾਂਜੀ ਅਲੀ ਭਾਈ ਇਹਦੀ ਅੱਖ ਦਾ ਪਹਿਲਾਂ ਸ਼ੋਕ ਕਰਾਓ ਹਾਂ ਤੇ ਕੀ ਨਾਂ ਜਿਹਾ ਜਾਨਵਰ ਦਾ ਜੀ ਪੱਗਾ ਕਬੂਤਰ ਜੀ ਇਹਨੂੰ ਆਉਂਦੇ ਨੇ ਬੱਗਾ ਕਬੂਤਰ ਇਹ ਕਿੰਨੇ ਘੰਟੇ ਮਾਸ਼ਾਅੱਲਾ ਉੱਡ ਲੈਂਦਾ ਜੀ ਵੱਡਿਆਂ ਦਿਨਾਂ 'ਚ ਹੁਣ ਇੱਕ ਨਵਾਂ ਆਉਂਦਾ ਜੇ ਡਾਨੇ ਆ ਤੇ ਹਲੇ ਤੱਕ ਅਜੇ ਕੋਈ ਤਜਰਬਾ ਨਹੀਂ ਪਰ ਖੁੱਲ੍ਹੋ ਵਾਲਾ ਵਾਇਆ ਕੋ ਨਹੀਂ ਪਰ ਠੀਕ ਨੇ ਹੈ ਜ਼ਬਰਦਸਤ ਕਬੂਤਰ ਇਹ ਪੀਲੀ ਅੱਖ ਵਾਲਾ ਕਿਉਂ ਵੈਸੇ ਹੀ ਰੱਖੇ ਆ ਜੇ ਪੀਲੀ ਅੱਖ ਵਾਲਾ ਫੈਸਲਾਬਾਦ ਸਾਡੇ ਭਾਈ ਹੁੰਦੇ ਨੇ ਉਹਨਾਂ ਨੇ ਨਾ ਆਹੋ ਫੈਸਲਾਬਾਦ ਉਹ ਫੈਸਲਾਬਾਦ ਦੇ ਜਾਨਵਰ ਪੀਲੀ ਅੱਖ ਵਾਲਾ ਤੋਹਫਾ ਉਹਨਾਂ ਸਾਨੂੰ ਕੀਤਾ ਤੇ ਉੱਡਦਾ ਉਹ ਵੀ ਸ਼ਾਮ ਤੀਕਰ ਅੱਛਾ ਜੀ ਲੇਕਿਨ ਉਹ ਕਹਿੰਦੇ ਨੇ ਨੀਵਾਂ ਨੀਵਾਂ ਉੱਡਦਾ ਦੂਜਿਆਂ ਨੂੰ ਵੀ ਖਰਾਬ ਕਰਦਾ ਲਓ ਜੀ ਨਾਜ਼ਰੀਨ ਆਪਣੀ ਫੈਮਿਲੀ ਦਾ ਆਪਣਾ ਵੀ ਆਪਣੇ ਜਾਨਵਰਾਂ ਦਾ ਵੀ ਖਿਆਲ ਰੱਖਿਆ ਜੇ ਅਤੇ ਇਸ ਤਰ੍ਹਾਂ ਹੀ ਆ ਮੇਲੇ ਠੇਲੇ ਅੱਲਾ ਪਾਕ ਲਗਾਈ ਰੱਖੇ ਰੌਣਕਾਂ ਲੱਗੀਆਂ ਨੇ ਬਰਾਬਰ ਰੌਣਕਾਂ ਲਾਏ ਰੱਖੇ ਮੇਲੇ ਠੇਲੇ ਲੱਗੇ ਰਹਿਣ ਆਪਣੀ ਫੈਮਿਲੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੇ ਜਾਨਵਰਾਂ ਨੂੰ ਸਰਦੀ ਤੋਂ ਬਚਾਉਣ ਵਾਲਾ ਜੋ ਮਾਮਲਾ ਕਾਹਵਾ ਹੈ ਜਾਂ ਜਿਹੜੀ ਵੀ ਤੁਸੀਂ ਦਵਾਈਆਂ ਬਣਾ ਕੇ ਦਿੰਦੇ ਹੋ ਸਰਦੀ ਬਹੁਤ ਸਖਤ ਅਤੇ ਸੁੱਕੀ ਸਰਦੀ ਪੈ ਰਹੀ ਜਾਨਵਰਾਂ ਨੂੰ ਆਪਣੀ ਕੇਅਰ ਦੇ ਵਿੱਚ ਰੱਖੋ ਆਪਣੀ ਕਸਟਡੀ 'ਚ ਰੱਖੋ ਅਤੇ ਇਹਨਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੇ ਇਹਨਾਂ ਦੇ ਨਾਲ ਤੁਹਾਡੀਆਂ ਬਹਾਰਾਂ ਨੇ ਮੇਲੇ ਠੇਲੇ ਨੇ ਆਪਣਾ ਟਾਈਮ ਜਿਹੜਾ ਬਹੁਤ ਕੀਮਤੀ ਹੈ ਉਹਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚੇ ਜਿਹੜੇ ਜਨਮ ਦਿੱਤੇ ਆ ਬੱਚੇ ਨੂੰ ਉਹਨਾਂ ਨੂੰ ਵੀ ਜ਼ਿਆਦਾ ਇਸ ਜਾਨਵਰ ਨਾਲ ਪਿਆਰ ਕਰੋ ਇਹਨਾਂ ਦਾ ਖਿਆਲ ਰੱਖੋ ਕਿਉਂਕਿ ਇਹ ਬੇਜ਼ਬਾਨ ਨੇ ਅਤੇ ਇਹਨਾਂ ਤੁਹਾਨੂੰ ਅੱਗੋਂ ਸਾਥ ਜੇਠ ਦੀਆਂ ਬਾਜ਼ੀਆਂ ਤੁਹਾਨੂੰ ਵਿਨਰ ਕਰਕੇ ਤੁਹਾਡੀਆਂ ਇੱਜ਼ਤ 'ਚ ਇਜ਼ਾਫਾ ਕਰਨਾ ਅਤੇ ਰੱਬ ਰਾਖਾ ਸਾਨੂੰ ਦਵੋ ਇਜਾਜ਼ਤ ਪਾਕਿਸਤਾਨ ਜ਼ਿੰਦਾਬਾਦ।